ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਪੀਐਸ ਪੀਸੀਆ ਵੱਲੋਂ ਕਾਫੀ ਟਾਈਮ ਪਹਿਲਾਂ ਇੱਕ ਸ਼ਾਰਟ ਨੋਟਿਸ ਆਇਆ ਸੀਗਾ ਅਪ੍ਰੈਂਟਿਸ ਨੂੰ ਲੈ ਕੇ ਤੇ ਅਪ੍ਰੈਂਟਿਸ ਕਾਦੀ ਹੈ ਜੀ ਲਾਈਨਮੈਨ ਦੀ ਅਪ੍ਰੈਂਟਿਸ ਲੱਗਣੀ ਹੈ ਤੁਹਾਡੀ ਤੇ ਇਹਦੇ ਲਈ ਜਿਹੜੇ ਆਨਲਾਈਨ ਫਾਰਮ ਭਰੇ ਜਾ ਰਹੇ ਆ ਮੈਂ ਤੁਹਾਨੂੰ ਪੂਰੀ ਡਿਟੇਲ ਪਹਿਲਾਂ ਦੱਸ ਦਵਾਂ ਕਿ ਕੌਣ-ਕੌਣ ਇਹਦੇ ਵਿੱਚ ਅਪਲਾਈ ਕਰ ਸਕਦਾ ਤੇ ਸਭ ਨੇਮ ਆਫ ਅਪ੍ਰੈਂਟਿਸਸ਼ਿਪ ਦੀ ਤਾਂ ਲਾਈਨਮੈਨ ਦੇ ਲਈ ਅਪ੍ਰੈਂਟਿਸੇ ਲੱਗਣੀ ਆ ਤੇ ਇਹਦੇ ਲਈ ਤੁਸੀਂ ਕੁਆਲੀਫਿਕੇਸ਼ਨ ਕੀ ਹੈ ਜੀ ਤੁਸੀਂ ਆਈਟੀਆ ਕੀਤੀ ਹੋਵੇ ਵਾਇਰਮੈਨ ਜਾਂ ਫਿਰ ਇਲੈਕਟ੍ਰੀਸ਼ੀਅਨ ਠੀਕ ਆ ਇਹਨਾਂ ਦੋਨੋਂ ਟ੍ਰੇਡਸ ਦੇ ਵਿੱਚ ਉਹ ਕਿਸੇ ਵੀ ਇੱਕ ਟ੍ਰੇਡ ਦੇ ਵਿੱਚ ਤੁਸੀਂ ਆਈਟੀਆ ਕੀਤੀ ਆ ਤਾਂ ਤੁਸੀਂ ਐਲੀਜੀਬਲ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਹੋਰ ਟ੍ਰੇਡ ਦੇ ਵਿੱਚ ਆਈਟੀਆ ਕੀਤੀ ਆ ਇਹਨਾਂ ਦੋਨੋਂ ਛੱਡ ਕੇ ਤਾਂ ਤੁਸੀਂ ਐਲੀਜੀਬਲ ਨਹੀਂ ਹੋ ਤੇ ਇੱਕ ਚੀਜ਼ ਇਹਨਾਂ ਨੇ ਲਿਖੀ ਆ ਕਿ ਪੰਜਾਬ ਡੋਮਿਸાઇલ ਪੰਜਾਬ ਰੈਜ਼ੀਡੈਂਟ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਪ੍ਰੈਫਰ ਕੀਤਾ ਜਾਏਗਾ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ ਪਹਿਲ ਦਿੱਤੀ ਜਾਏਗੀ ਤੇ ਜੇਕਰ ਪੰਜਾਬ ਡੋਮਿਸાઇલ ਦੇ ਕੈਂਡੀਡੇਟ ਅਵੇਲੇਬਲ ਨਹੀਂ ਹੁੰਦੇ ਤਾਂ ਅਦਰ ਸਟੇਟ ਨੂੰ ਕੰਸੀਡਰ ਕੀਤਾ ਜਾਏਗਾ ਤੇ 600 ਸੀਟਾਂ ਨੇ ਜੀ ਇਹਦੀਆਂ ਤੇ ਜਿਹੜਾ ਸਟਾਈਪੰਡ ਮਿਲਣਾ ਹੈ ਉਹ ਅਪ੍ਰੈਂਟਿਸਸ਼ਿਪ ਐਕਟ 1961 ਦੇ ਅਧੀਨ ਮਿਲਦਾ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੰਨਾ ਮਿਲਣਾ ਹੈ ਤੇ ਦੋਸਤੋ ਜਿਹੜਾ ਦੇ ਲਈ ਸਟਾਈਪੈਂਡ ਹੈ ਉਹ ਅਪਰੈਂਟਿਸਸ਼ਿਪ ਐਕਟ 1961 ਦੇ ਅਧੀਨ ਜਿੰਨਾ ਕ ਮੈਂ ਸਟੱਡੀ ਕੀਤਾ 7 ਤੋਂ 8000 ਰੁਪਿਆ ਜਿਹੜਾ ਸਟਾਈਪੈਂਡ ਤੁਹਾਨੂੰ ਮਿਲਣਾ ਤੇ ਇਹਦੇ ਵਿੱਚ ਜਿਹੜੀ ਸੀਟਾਂ ਦੀ ਗੱਲ ਕਰੀਏ ਜਨਰਲ ਦੀਆਂ 368 ਸੀਟਾਂ ਨੇ ਐਸਸੀ ਦੀਆਂ 150 ਨੇ ਬੀਸੀ ਦੀਆਂ 60 ਨੇ ਤੇ ਪੀਡਬਲਯੂਡੀ ਦੇ ਵਿੱਚ ਡੀਫ ਕੈਂਡੀਡੇਟਸ ਦੀਆਂ 24 ਨੇ ਤੇ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਆਈਟੀਆਈ ਤੁਸੀਂ ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਕੀਤੀ ਹੋਵੇ ਤੇ ਜਿਹੜਾ ਤੁਹਾਡਾ ਸਰਟੀਫਿਕੇਟ ਆ ਉਹ ਐਨਸੀਬੀਟੀ ਜਾਂ ਫਿਰ ਐਸਸੀਬੀਟੀ ਦੁਆਰਾ ਇਸ਼ੂ ਕੀਤਾ ਹੋਵੇ ਏਜ ਲਿਮਿਟ ਦੀ ਗੱਲ ਕਰੀਏ ਤਾਂ ਏਜ ਲਿਮਿਟ ਦਾ ਇਹਦੇ ਵਿੱਚ ਕੋਈ ਬਹੁਤਾ ਚੱਕਰ ਨਹੀਂ ਹੁੰਦਾ ਏਜ ਲਿਮਿਟ ਆ ਇਹਦੇ ਵਿੱਚ ਕੋਈ ਅਨੀ ਰਿਕੁਆਇਰਮੈਂਟ ਹੁੰਦੀ ਨਹੀਂ ਠੀਕ ਆ ਤੁਸੀਂ ਆਈਡੀ ਕੀਤੀ ਆ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਪੀਰੀਅਡ ਆਫ ਟ੍ਰੇਨਿੰਗ 1 ਸਾਲ ਦੀ ਤੁਸੀਂ ਟ੍ਰੇਨਿੰਗ 1 ਸਾਲ ਦੀ ਟ੍ਰੇਨਿੰਗ ਹੋਣੀ ਹੈ ਤੁਹਾਡੀ ਇਹਦੇ ਵਿੱਚ ਠੀਕ ਹੈ ਭਾਵੇਂ ਜੇ ਤੁਹਾਡੀ ਅਪਰੈਂਟਿਸਸ਼ਿਪ ਲੱਗ ਰਹੀ ਹੈ ਤਾਂ ਉਹਦਾ ਮਤਲਬ ਟ੍ਰੇਨਿੰਗ ਕੀ ਹੁੰਦੀ ਹੈ ਇਹ ਜਿਨ੍ਹਾਂ ਨੇ ਆਈਟੀਆਈ ਕੀਤੀ ਹੋਈ ਹੈ ਦਾ ਫਾਇਦਾ ਕੀ ਹੁੰਦਾ ਇਹਦਾ ਫਾਇਦਾ ਹੁੰਦਾ ਕਿ ਜੇਕਰ ਤੁਸੀਂ ਪੀਐਸਪੀਸੀਐਲ ਦੇ ਵਿੱਚ ਏਲਐਮ ਦੀ ਜਾਂ ਐਲਐਮ ਦੀ ਪੋਸਟ ਅਪਲਾਈ ਕਰਨੀ ਆ ਤਾਂ ਉੱਥੇ ਇਹ ਮੰਗਦੇ ਹੁੰਦੇ ਆ ਕਿ ਆਈਟੀਆਈ ਦੇ ਨਾਲ ਤੁਸੀਂ ਅਪਰੈਂਟਿਸ ਕੀਤੀ ਹੋਵੇ ਠੀਕ ਹੈ ਤਾਂ ਉੱਥੇ ਇਹਦੀ ਰਿਕੁਆਇਰਮੈਂਟ ਪੈਂਦੀ ਆ ਤੇ ਅੱਗੇ ਰਿਜ਼ਰਵੇਸ਼ਨ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਆ ਜੇਕਰ ਤੁਸੀਂ ਐਸਸੀ ਬੀਸੀ ਕੈਂਡੀਡੇਟ ਹੋ ਜਾਂ ਫਿਰ ਪੀਡਬਲਿਊਡੀ ਹੋ ਤੇ ਇੱਕ ਚੀਜ਼ ਇੱਥੇ ਹੋਰ ਨੇ ਇੰਪੋਰਟੈਂਟ ਲਿਖਿਆ ਕਿ ਜਿੰਨੀਆਂ ਵੀ ਰਿਜ਼ਰਵ ਕੈਟਾਗਰੀਜ਼ ਨੇ ਚਾਹੇ ਉਹ ਐਸਸੀ ਆ ਬੀਸੀ ਆ ਪੀਡਬਲਿਊਡੀ ਆ ਤਾਂ ਉਹਨਾਂ ਕੋਲ ਪੰਜਾਬ ਡੋਮਿਸਾਈਲ ਸਰਟੀਫਿਕੇਟ ਜ਼ਰੂਰ ਹੋਣਾ ਚਾਹੀਦਾ ਤੇ ਇਸ਼ੂਡ ਔਨ ਔਰ ਆਫਟਰ ਠੀਕ ਆ 1 1 2021 ਤੋਂ ਬਾਅਦ ਦਾ ਬਣਿਆ ਹੋਵੇ ਠੀਕ ਆ ਭਾਵ ਕਿ ਲੇਟੈਸਟ ਤੁਹਾਡਾ ਡੋਮਿਸਾਈਲ ਸਰਟੀਫਿਕੇਟ ਬਣਿਆ ਹੋਵੇ ਇਹਦੇ ਲਈ ਤੇ ਪੀਡਬਲਿਊਡੀ ਬਾਰੇ ਵੀ ਇੱਥੇ ਹੋਰ ਹਦਾਇਤਾਂ ਨੇ ਤੁਸੀਂ ਪੜ੍ਹ ਲੈਣੀਆਂ ਨੇ ਤੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀ ਤਾਂ ਮੈਰਿਟ ਬੇਸਿਸ ਤੇ ਹੀ ਤੁਹਾਡੀ ਸਿਲੈਕਸ਼ਨ ਹੋਣੀ ਹੈ ਭਾਵ ਕਿ ਆਈਟੀਆਈ ਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਆ ਉਹਦੇ ਆਧਾਰ ਤੇ ਮੈਰਿਟ ਬਣਾਈ ਜਾਣੀ ਆ ਤੇ ਉਸ ਮੈਰਿਟ ਦੇ ਆਧਾਰ ਤੇ ਹੀ ਤੁਹਾਡੀ ਅੱਗੇ ਸਿਲੈਕਸ਼ਨ ਹੋਣੀ ਆ ਤੇ ਤੁਹਾਡੀ ਅੱਗੇ ਟ੍ਰੇਨਿੰਗ ਲੱਗਣੀ ਆ 1 ਸਾਲ ਦੇ ਲਈ ਤੇ ਇਹਦੇ ਲਈ ਤੁਸੀਂ ਅਪਲਾਈ ਕਿੱਦਾਂ ਕਰਨਾ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੇਗਾ ਅਪਲਾਈ ਕਰਨ ਲਈ ਤੇ ਇਹਦੇ ਲਈ ਲਾਸਟ ਡੇਟ ਨੋਟ ਕਰ ਲਓ ਮੋਸਟ ਇੰਪੋਰਟੈਂਟ ਤੇ ਇਹਦੇ ਲਈ ਜਿਹੜੀ ਲਾਸਟ ਡੇ ਰੱਖੀ ਗਈ ਆ ਉਹ ਰੱਖੀ ਗਈ ਆ ਜੀ 15 12 2021 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਹੁਣ ਸਟਾਰਟ ਹੋ ਚੁੱਕਿਆ ਪੀਐਸਪੀਸੀਐਲ ਦੀ ਵੈਬਸਾਈਟ ਤੇ ਤੇ ਬਾਕੀ ਕੁਝ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੇ ਬਾਕੀ ਦਾ ਅਪਡੇਟ ਸੀ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ